ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਯੂਟਿਊਬ ਟਰੈਕਟਰ ਮੇਲਾ ਚੈਨਲ 'ਚ। ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ। ਅੱਜ ਅਸੀਂ ਲੈ ਕੇ ਆਏ ਹਾਂ ਜੀ, ਕੋਠੀ ਵਿਕਾਊ ਹੈ ਜੀ, ਖੇਤ ਦੇ ਵਿੱਚ ਬਣੀ ਹੋਈ ਹੈ। ਏਰੀਆ ਪਿੰਡ ਬੁੱਲਾਪੁਰ ਚੁਹਾਣਾ ਮਲੇਰਕੋਟਲਾ ਜੀ। ਮਲੇਰਕੋਟਲਾ ਤੋਂ 10 ਕਿਲੋਮੀਟਰ ਲਿੰਕ ਰੋਡ ਦਾ ਫਰੰਟ ਹੈ ਜੀ। ਪਿਛਲੇ ਸਾਲ ਬਣਾਈ ਹੋਈ ਹੈ, 2460 ਫੁੱਟ ਦੇ ਵਿੱਚ ਕੋਠੀ ਬਣੀ ਹੈ। ਰਜਿਸਟਰੀ ਵਾਲੀ ਜਗ੍ਹਾ ਜੀ ਬਾਗਲ ਮਾਰਨ ਵਾਲਾ ਪਿਆ, ਹਜੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ। ਇੱਥੇ 5.5 ਵਿਘੇ ਜ਼ਮੀਨ ਵੀ ਹੈ, ਕੋਠੀ ਦੇ ਨਾਲ 5.5 ਵਿਘੇ ਜ਼ਮੀਨ ਵੀ ਹੈ ਅਤੇ ਕੋਠੀ ਇੱਕ ਪਾਸੇ ਬਣੀ ਹੋਈ ਹੈ ਜੀ। ਅਤੇ ਚਾਹਵਾਨ ਵੀਰ ਕਿੰਨੀ ਵੀ ਜ਼ਮੀਨ ਲੈ ਸਕਦੇ ਹੋ, ਚਾਹੇ ਤੁਸੀਂ ਜਿੰਨੀ ਤੁਹਾਨੂੰ ਲੋੜ ਹੈ, ਚਾਹੇ 1 ਵਿਘਾ 2 ਵਿਘਾ, ਜਿੰਨੀ ਵੀ ਤੁਸੀਂ ਵੱਧ ਘੱਟ ਜ਼ਮੀਨ ਲੈਣੀ ਚਾਹੁੰਦੇ ਹੋ ਤਾਂ ਉੱਨੀ ਵੀ ਇਹ ਵੀਰ ਤੁਹਾਨੂੰ ਦੇ ਦੇਣਗੇ। ਅਤੇ ਨੰਬਰ ਦਿੱਤਾ ਹੋਇਆ ਜੀ, ਇਹ ਨੰਬਰ 'ਤੇ ਕਾਲ ਕਰ ਸਕਦੇ ਹੋ, 77175-7718, 77175-7718। ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਕੋਠੀ ਖੇਤ ਦੇ ਵਿੱਚ ਬਣੀ ਹੋਈ ਹੈ ਅਤੇ ਨਾਲ 5.5 ਵਿਘੇ ਜ਼ਮੀਨ ਹੈ, ਤੁਸੀਂ ਆਪਦੇ ਹਿਸਾਬ ਨਾਲ ਜਿੰਨੀ ਵੀ ਜ਼ਮੀਨ ਵੱਧ ਘੱਟ ਲੈਣੀ ਚਾਹੁੰਦੇ ਹੋ ਤਾਂ ਇਹ ਨੰਬਰ 'ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਜ਼ਮੀਨ ਵੀ ਲੈ ਸਕਦੇ ਹੋ ਜੀ। ਅਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀਡੀਓ ਦੇ ਨਾਲ ਜੁੜਨ ਦੇ ਲਈ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿਹੜੇ ਵੀਰ ਨਵੇਂ ਆਏ ਨੇ। ਅਤੇ ਇੱਕ ਹੋਰ ਵੀਰ ਨੂੰ ਬੇਨਤੀ, ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਨੰਬਰ ਨੋਟ ਕਰ ਲਓ ਜੀ, 9877-9884-44, ਇਹ ਸਾਡਾ ਵਟਸਐਪ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ 5 ਤੋਂ 7 ਫੁੱਟ ਨਵਾਂ ਅਤੇ ਇੱਕ ਵਧੀਆ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਤੁਹਾਡੀ ਐਡ ਯੂਟਿਊਬ ਟਰੈਕਟਰ ਮੇਲਾ ਚੈਨਲ 'ਤੇ, ਫੇਸਬੁੱਕ ਪੇਜ ਖੇਤੀ ਖਬਰ ਅਤੇ ਇੰਸਟਾਗ੍ਰਾਮ ਟਰੈਕਟਰ ਮੇਲਾ, ਇੱਥੇ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੁਸੀਂ ਕਿਹੜੇ ਏਰੀਏ ਤੋਂ ਵੀਡੀਓ ਨੂੰ ਵੇਖ ਰਹੇ ਹੋ ਅਤੇ ਚੈਨਲ ਨੂੰ ਸਪੋਰਟ ਕਰ ਰਹੇ ਹੋ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਬਹੁਤ ਸੋਹਣੇ ਕਮੈਂਟ ਕਰਦੇ ਵੀਰ ਵਿੱਚ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਵੀਰਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਪਰਮਾਤਮਾ ਮੁਹਰੇ ਅਰਦਾਸ ਕਰਾਂਗੇ ਕਿ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਲਿੰਕ ਰੋਡ ਹੈ, ਇੱਧਰ ਪਿੰਡ ਆ ਗਿਆ ਤਾਂ ਇਹ ਘਰ ਬਣਿਆ, ਢਾਣੀ ਹੈ, ਲੋਕ ਟਾਇਲ ਸੜਕ ਤੋਂ ਸਟਾਰਟ ਹੋ ਜਾਂਦੀ ਹੈ, ਉਸ ਤੋਂ ਬਾਅਦ ਅੰਦਰ ਇਸ ਤਰ੍ਹਾਂ ਦਾ ਮਕਾਨ ਬਣਿਆ, ਖੁੱਲ੍ਹਾ ਮਕਾਨ ਹੈ, ਕਮ ਸੇ ਕਮ 1 ਕਿੱਲੇ ਦੇ ਵਿੱਚ ਮਕਾਨ ਬਣਿਆ ਹੋਇਆ। ਬੇਰੀ ਦਾ ਦਰਖਤ ਹੈ, ਸਬਜ਼ੀ ਨੂੰ ਥਾਂ ਰੱਖਿਆ ਹੋਇਆ, ਪਾਰਕ ਨੂੰ ਥਾਂ ਰੱਖਿਆ ਹੋਇਆ, ਔਰ ਅਜੇ ਲੋਕ ਟਾਇਲ ਲੱਗੀ ਹੈ ਇੱਧਰ ਬਾਹਰ ਬੈਠਕ। ਵਧੀਆ ਸ਼ਾਨਦਾਰ ਮਕਾਨ ਬਣਿਆ ਹੋਇਆ, ਪੂਰਾ ਪੱਥਰ ਲੱਗਿਆ। ਇਸ ਤਰ੍ਹਾਂ ਦਾ ਮਕਾਨ, ਇਹ ਰਸੋਈ ਆ ਗਈ, ਇਸ ਤਰ੍ਹਾਂ ਖੁੱਲ੍ਹਾ ਮਕਾਨ, ਵਧੀਆ ਜ਼ਿਮੀਂਦਾਰ ਫੈਮਿਲੀ ਵਾਸਤੇ। ਇਹ 2 ਬਾਥਰੂਮ, ਇੱਧਰ ਨਾਲ ਗੈਰੇਜ, ਗੱਡੀ ਠੱਲਣ ਵਾਸਤੇ, ਮੋਟਰਸਾਈਕਲ ਠੱਲਣ ਵਾਸਤੇ 2 ਲੈਟਰਿਨ ਬਾਥਰੂਮ ਬਣੇ ਹੋਏ ਨੇ। ਇੱਧਰ ਸੰਦਾਂ ਨੂੰ, ਕਣਕ ਨੂੰ ਮਸ਼ੀਨ ਠੱਲਣ ਵਾਸਤੇ ਗੈਰੇਜ, ਉੱਧਰ ਪਸ਼ੂਆਂ ਵਾਲਾ ਤੋੜੀ ਨੂੰ, ਪੱਠਿਆਂ ਨੂੰ। ਠੀਕ ਹੈ ਜੀ, ਇਹ ਗੈਰੇਜ ਬਣਿਆ ਹੋਇਆ ਮਕਾਨ, ਇਸ ਤਰ੍ਹਾਂ ਦਾ ਪੂਰਾ ਖੁੱਲ੍ਹਾ ਮਕਾਨ ਹੈ, ਔਰ ਇਸ ਦੇ ਨਾਲ ਹੀ ਜ਼ਮੀਨ ਹੈਗੀ ਜੋ ਕਿ ਇਸ ਦੀ ਬੈਕ ਸਾਈਡ ਹੈ। ਇਸ ਤਰ੍ਹਾਂ ਇਹ ਮੱਕੀ ਖੜ੍ਹੀ ਹੈਗੀ, ਔਰ ਇਹ ਝੋਨਾ 11-21 ਜ਼ਬਰਦਸਤ ਝਾੜ, ਬੰਪਰ ਝਾੜ, ਦੇਖੋ ਪੂਰਾ ਫੁੱਲ ਵਰਾਇਟੀ ਵਧੀਆ। ਇਹ ਕਮ ਸੇ ਕਮ ਮੇਰੇ ਮੋਢੇ ਮੋਢੇ ਆ ਰਿਹਾ, ਇੰਨੀ ਹਾਈਟ ਆ ਝੋਨੇ ਦੀ, ਜ਼ਬਰਦਸਤ 11-21।
ਔਰ ਸੋਲਰ ਮੋਟਰ ਔਰ ਦੋ ਮੋਟਰਾਂ ਬਿਜਲੀ ਵਾਲੀਆਂ ਇਸ ਦੇ ਵਿੱਚ ਉਪਲਬਧ ਨੇ। 16 ਕਿੱਲੇ ਪੈਲੀ ਹੈ, ਸੇਲ ਹੈ। ਅਗਰ ਕਿਸੇ ਵੀਰ ਭਰਾ ਨੂੰ ਚਾਹਵਾਨ ਹੋਵੇ, ਫਸਟ ਕਲਾਸ ਜ਼ਮੀਨ ਹੈਗੀ।